ਅਤੇ ਪਹਿਲਾਂ ਤਾਂ ਲੋਕਾਂ ਨੇ ਸੜਕਾਂ ਦੇ ਉੱਤੇ ਪਸ਼ੂ ਮਰੇ ਸਿੱਟੇ ਸੀ ਜਿਹੜੇ ਲੰਪੀ ਰੋਗ ਦੇ ਨਾਲ। ਅਤੇ ਆਹ ਤੁਸੀਂ ਸੂਏ ਦੇ ਵਿੱਚ ਦੇਖ ਸਕਦੇ ਹੋ ਵੀ ਕਈ ਪਸ਼ੂ ਲੰਘ ਚੁੱਕੇ ਨੇ। ਸੋ ਜੇਕਰ ਤੁਹਾਡਾ ਕੋਈ ਪਸ਼ੂ ਮਰ ਜਾਂਦਾ ਤਾਂ ਟੋਆ ਪੱਟ ਕੇ ਤੁਸੀਂ ਦੱਬ ਸਕਦੇ ਹੋ, ਨਿਰੀ ਬਿਮਾਰੀ ਬਣ ਰਹੀ ਹੈ, ਬਣੂਗੀ ਜਿੱਥੇ ਜਾ ਕੇ ਇਹ ਕੱਢਣੇ ਪੈਣਗੇ। ਗਲੇ ਸੜੇ ਨੇ, ਮੈਂ ਕਾਫੀ ਦੇਖੇ, ਕਾਫੀ ਨੰਗੇ ਨੇ। ਭਰਾਵੋ ਆਹ ਚੀਜ਼ ਨਾ ਕਰੋ, ਕਿਸੇ ਨੇ ਪਾਣੀ ਪੀਣਾ ਵੀ ਹੋਣਾ, ਕਿਉਂਕਿ ਇਹ ਪਾਣੀ ਕਈਆਂ ਪਿੰਡਾਂ ਦੇ ਵਿੱਚ ਵਾਟਰ ਬਕਸਾਂ ਦੇ ਵਿੱਚ ਜਾਂਦਾ। ਅਤੇ ਸਰਕਾਰ ਨੂੰ ਵੀ ਚਾਹੀਦਾ ਵੀ ਜੇਕਰ ਅਜਿਹਾ ਕੋਈ ਕਰਦਾ ਤਾਂ ਉਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਅਤੇ ਵੱਧ ਤੋਂ ਵੱਧ ਸਰਕਾਰ ਦਵਾਈ ਦੇਵੇ ਅਤੇ ਇਹਦਾ ਇਲਾਜ ਹੋਵੇ। ਸੋ ਬਿਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਹੈ। ਧੰਨਵਾਦ।